ਇਸ ਵੇਲੇ ਤੁਸੀਂ ਜੁੜੇ ਹਾਂ ਸਾਡੇ ਚੈਨਲ ਦੇ ਨਾਲ। ਉਮੀਦ ਰੱਖਦੇ ਹਾਂ ਸਾਡੀ ਵੀਡੀਓ ਦੇਖ ਕੇ ਤੁਸੀਂ ਲਾਈਕ ਕਮੈਂਟ ਜ਼ਰੂਰ ਕਰੋਗੇ ਅਤੇ ਆਪਣੇ ਸੱਜਣ ਬੇਲੀ ਮਿੱਤਰਾਂ ਦੇ ਅੱਗੇ ਵੀ ਇਸ ਨੂੰ ਸ਼ੇਅਰ ਜ਼ਰੂਰ ਕਰੋਗੇ। ਆਓ ਫਿਰ ਦੇਖਦੇ ਹਾਂ ਅੱਜ ਦੀ ਵੀਡੀਓ ਸਾਡੀ। ਪੰਜਾਬੀ ਧਰਤੀ ਸੋਹਣੇ ਲੋਕ ਦੇ ਨਾਲ ਮੁਹੰਮਦ ਜਵੇਦ ਇਕਬਾਲ ਜੱਟ ਹਾਜ਼ਰੇ ਖਿਦਮਤ। ਇਹਨਾਂ ਦੀ ਘਾਟ ਸੀ, ਉਹ ਸਾਡੇ ਢਿੱਡ ਵਿੱਚ ਸੀ, ਉਹ ਨਹੀਂ ਸੀ ਕਦੇ ਪੂਰੀ ਹੋ ਸਕਦੀ। ਅੱਲਾ ਨੇ ਦੇਖਿਓ, ਅੱਲਾ ਨੇ ਚਾਹਿਆ ਤਾਂ ਇਕੱਲੇ ਇਕੱਲੇ ਕਰ ਦਿੱਤਾ ਸਾਨੂੰ, ਬੱਚਿਆਂ ਨੂੰ ਇਕੱਲੇ ਇਕੱਲੇ ਕਰ ਦਿੱਤਾ, ਭੈਣ ਭਰਾ ਨੂੰ। ਅੱਲਾ ਨੇ ਚਾਹਿਆ ਤਾਂ ਸਾਰੀ ਦੁਨੀਆ ਹੀ ਮਿਲਾ ਦਿੱਤੀ ਸਾਨੂੰ। ਜ਼ਰਾ 2 ਸਾਲ ਦੀ ਕਹਾਣੀ ਦੱਸੋ, ਕਿਵੇਂ ਕੱਢੀ ਵੀਰ ਤੋਂ ਬਗੈਰ? ਵੀਰ ਤੋਂ ਬਗੈਰ ਇੱਕ ਇੱਕ ਪਲ ਵੀ ਯਾਦ ਹੁੰਦਾ ਸੀ ਮੇਰਾ ਵੀਰ, ਮੈਨੂੰ ਇੱਕ ਇੱਕ ਪਲ ਵੀ। ਹਜੇ ਬੱਦਲਾਂ ਤੇ ਉੜੇ ਫਿਰਦੇ ਹਾਂ, ਇੰਨੀ ਖੁਸ਼ੀ ਹੋਈ ਆ। ਕਿਸੇ ਮੈਂ ਕਦੇ ਪਾਕਿਸਤਾਨੀ ਏਅਰਲਾਈਨ ਨਹੀਂ ਸੀ ਲਈ, ਕਿਉਂਕਿ ਬਦਨਾਮ ਐਵੇਂ ਲੋਕ ਬਦਨਾਮ ਕਹੀ ਜਾਂਦੇ, ਮਾੜੀ ਆ ਮਾੜੀ। ਮੈਂ ਕਿਹਾ ਮੈਂ ਦੇਖਣੀ, ਦੇਖੇ ਤੇ ਪਤਾ ਲੱਗੂਗਾ, ਹੈ ਨਾ। ਮਸਲਾ ਤਾਂ ਨਹੀਂ ਬਣਿਆ ਵੀਜ਼ਾ ਲੈਣ ਦਾ? ਨਹੀਂ ਬਣਿਆ, ਨਹੀਂ ਬਣਿਆ। ਹੁਣ ਤਾਂ ਫਰੀ ਕਰਨੇ ਨੂੰ ਫਿਰਦਾ, ਜਿਹੜੀ ਫੀਸ ਅਸੀਂ $100 ਵੀਜ਼ੇ ਦੀ ਦੇਈ ਦੀ ਆ, $90 ਦੇਈ ਦੀ, ਉਹ ਫਰੀ ਕਰਨੇ ਨੂੰ ਫਿਰਦੇ ਜਾਂ ਕਰ ਦਿੱਤੀ ਆ। ਜਿਹੜੇ ਮੇਰੇ ਦਾਦਾ ਜੀ ਨੇ ਪਿਲਕਨ ਦਾ ਦਰਖਤ ਲਗਾਇਆ ਸੀ, ਹਾਂਜੀ, ਅਜੇ ਵੀ ਪਿਲਕਨ ਦਾ ਦਰਖਤ ਖੜਾ ਔਰ ਸਕੂਲ ਦੇ ਵਿੱਚ ਆ। ਸਕੂਲ ਦੇ ਵਿੱਚ ਆ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਵੀ ਜਿਹੜਾ ਆਪਾਂ ਨੂੰ ਬਜ਼ੁਰਗ ਮਿਲਿਆ ਸੀ 37-12 L 'ਚ, ਉਹ ਜਿੰਦਾ ਹੈ ਅੱਜ? 6 ਮਾਹ ਪਹਿਲੇ ਤਾਂ ਮੈਨੂੰ ਇਲਮ ਅਜੀ ਸਿੱਧਾ ਸੀ ਉਹ ਬਾਬਾ ਜੀ, ਹਾਂਜੀ, ਲੇਕਿਨ 6 ਮਾਹ ਤੋਂ ਬਾਅਦ ਤਾਂ ਹੁਣ ਮੈਨੂੰ ਪਤਾ ਨਹੀਂ, ਹਾਂਜੀ ਹਾਂਜੀ, ਕਿ ਉਹ ਜ਼ਿੰਦਾ ਜਾਂ ਨਹੀਂ ਪਤਾ ਕਰ ਸਕਦੇ ਆ? ਪਤਾ, ਹਾਂਜੀ, ਉਹਦਾ ਜ਼ਰੂਰ ਪਤਾ ਕਰਿਓ। ਉਹ ਮੇਰੇ ਬੱਚਿਆਂ ਨੂੰ, ਸਾਡਿਆਂ ਨੂੰ ਵੀ ਦੇਖਣ, ਸਾਡਾ ਮੈਂ ਉਹਨਾਂ ਨਾਲ ਫਿਰ ਗੱਲ ਕਰਨੀ ਚਾਹੁੰਦੀ। ਇਹ ਮੇਰੀ ਭੈਣ ਵੀ ਮਿਲੇ ਉਹਨੂੰ, ਤੇ ਬਾਕੀ ਤਾਂ ਇਹਨਾਂ ਦੇ ਬਜ਼ੁਰਗਾਂ ਨੂੰ ਵੀ ਉਹ ਜਾਣਦੇ ਆ? ਹਾਂਜੀ, ਸਾਰਿਆਂ ਨੂੰ, ਤੁਹਾਡੀ ਪੂਰੀ ਫੈਮਿਲੀ ਨੂੰ? ਹਾਂਜੀ, ਸਾਰਿਆਂ ਦੇ ਨਾਲ ਐ, ਇਕੱਠੇ ਸੀ ਨਾ, ਇਕੱਠੇ ਰਹਿੰਦੇ ਸੀ ਤੇ ਇੱਕੋ ਪਰਿਵਾਰ ਸੀ। ਬਾਕੀ ਜਿੱਦਾਂ ਦੀ ਹਾਲਾਤ ਸਾਡੇ ਤੇ ਗੁਜ਼ਰੀ ਆ ਜਾਂ ਬੀਤਿਆ ਟਾਈਮ, ਉਹਨੂੰ ਤਾਂ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ। ਬਾਕੀ ਪਿਆਰ ਦੀ ਗੱਲ ਕਰਦੇ ਆ ਤਾਂ ਪਿਆਰ ਸਾਨੂੰ ਬਹੁਤ ਮਿਲਿਆ, ਜਿਨ੍ਹਾਂ ਨੇ ਸਾਨੂੰ ਪਾਲਿਆ ਬਹੁਤ ਪਿਆਰ ਮਿਲਿਆ, ਬਹੁਤ ਜ਼ਿਆਦਾ। ਇਹਨਾਂ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਵੀ ਸਾਡੇ ਨਾਨਕੇ ਆ, ਜਿੱਦਾਂ ਮਾਮਿਆਂ ਨੇ ਵੀ ਬਹੁਤ ਜ਼ਿਆਦਾ ਪਿਆਰ ਕੀਤਾ, ਜਿਹੜੀ ਪਾਲਣ ਵਾਲੀ ਮਾਂ ਸੀ ਉਹਨੇ ਵੀ ਬਹੁਤ ਪਿਆਰ ਕੀਤਾ, ਨਾਨਕਿਆਂ ਸਾਡਿਆਂ ਨੇ ਵੀ ਬਹੁਤ ਪਿਆਰ ਕੀਤਾ ਸਾਨੂੰ, ਕੋਈ ਏਦਾਂ ਦੀ ਗੱਲ ਨਹੀਂ ਸੀ। ਪਰ ਜਿਹੜੀ ਇਹਨਾਂ ਦੀ ਘਾਟ ਸੀ, ਉਹ ਸਾਡੇ ਢਿੱਡ ਵਿੱਚ ਸੀ, ਉਹ ਨਹੀਂ ਸੀ ਕਦੇ ਪੂਰੀ ਹੋ ਸਕਦੀ। ਉਹ ਹੁਣ ਮਿਲ ਕੇ ਤੁਹਾਡੇ ਤੁਹਾਡੇ ਥਰੂ ਸਾਨੂੰ ਮਿਲੇ ਆ, ਤਾਂ ਤੁਹਾਡਾ ਹੀ ਮਿਹਰਬਾਨੀ ਇਹਦੇ ਵਿੱਚ ਸਾਨੂੰ। ਅੱਲਾ ਨੇ ਦੇਖਿਓ, ਅੱਲਾ ਨੇ ਚਾਹਿਆ ਤਾਂ ਇਕੱਲੇ ਇਕੱਲੇ ਕਰ ਦਿੱਤਾ ਸਾਨੂੰ, ਬੱਚਿਆਂ ਨੂੰ ਇਕੱਲੇ ਇਕੱਲੇ ਕਰ ਦਿੱਤਾ, ਭੈਣ ਭਰਾ ਨੂੰ। ਅੱਲਾ ਨੇ ਚਾਹਿਆ ਤਾਂ ਸਾਰੀ ਦੁਨੀਆ ਹੀ ਮਿਲਾ ਦਿੱਤੀ ਸਾਨੂੰ, ਇੱਕ ਨੂੰ ਲੱਭਦੇ ਸੀ, ਸਾਰੀ ਸਾਰੀ ਦੁਨੀਆ ਮਿਲ ਗਈ। ਅਸੀਂ ਤਾਂ ਬਹੁਤ ਖੁਸ਼ ਆ, ਬਹੁਤ ਜ਼ਿਆਦਾ ਖੁਸ਼ ਆ। ਪਰਿਵਾਰ ਏਡਾ ਮਿਲਿਆ, ਸਾਰੀ ਸਾਰਾ ਪਾਕਿਸਤਾਨ ਮਿਲਿਆ, ਜਿੱਥੇ ਜਾਂਦੇ ਇੰਨਾ ਪਿਆਰ ਮਿਲਦਾ ਬਹੁਤ ਜ਼ਿਆਦਾ। ਜਦ ਦੀਆਂ ਤੁਹਾਡੀਆਂ ਮੂਵੀਆਂ ਬਣੀਆਂ ਦੇਖਦੇ ਆ, ਜਿੱਥੇ ਵੀ ਦੇਖਦੇ ਹੋ ਸਾਰੇ ਫੋਨ ਕਰ ਕਰ ਪੁੱਛਦੇ ਆ ਤੁਸੀਂ ਕਿੱਦਾਂ ਮਿਲੇ, ਕਿਹੜੇ ਤਰੀਕੇ ਮਿਲੇ, ਕੀ ਤੁਸੀਂ ਉਹਨਾਂ ਦੀ ਪਛਾਣ ਸੀ, ਕਿੱਦਾਂ ਮਿਲੇ। ਮੈਂ ਦੱਸੀ ਦਾ ਵੀ ਸਾਡੇ ਚਾਚਾ ਜੀ ਨੂੰ ਵੀ ਪਤਾ ਸੀ, ਉਹਨਾਂ ਨੇ ਸਾਰਾ ਮੇਲ ਮਿਲਾ ਕਰਵਾਇਆ। ਹਾਂਜੀ, ਚਾਚਾ ਜੀ ਦਾ ਤੁਸੀਂ ਜ਼ਿਕਰ ਕੀਤਾ, ਹਾਂਜੀ, ਉਸ ਚਾਚੇ ਦਾ ਜ਼ਿਕਰ ਕੀਤਾ ਖਾਸ ਤੌਰ ਤੇ, ਜਿਹੜਾ ਇਹਨੂੰ ਲੈ ਕੇ ਹਰ ਵੇਲੇ ਫਿਰਦਾ ਹੁੰਦਾ ਸੀ, ਉਹਨਾਂ ਦਾ ਜ਼ਰਾ ਸਾਨੂੰ ਹਾਲ ਅਹਿਵਾਲ ਦੱਸੋ। ਹਾਲ ਅਹਿਵਾਲ ਠੀਕ ਆ, ਕਮਜ਼ੋਰ ਹੋਈ ਜਾਂਦੇ ਆ, ਜਦੋਂ ਫੋਨ ਕਰੀਏ ਗੱਲਾਂ ਇਹਨਾਂ ਦੀਆਂ ਕਰਦੇ ਆ।
ਜਦੋਂ ਇਹਨਾਂ ਨੂੰ ਜਾਣਾ ਸੀ ਹੁਣ ਵੀ ਤਾਂ ਉਹ ਬਸ ਬਹੁਤ ਖੁਸ਼ ਸੀਗੇ ਤੇ ਹੁਣ ਚਲੋ ਦੇਖੋ ਅੰਜਲ ਜੇ ਦਾਣਾ ਪਾਣੀ ਹੋਇਆ ਤਾਂ ਮਿਲਾਵਾਂਗੇ ਜ਼ਰੂਰ ਉਹਨਾਂ ਨੂੰ। 2 ਸਾਲ ਪਹਿਲੇ ਮੈਂ ਇਹ ਸਮਝਦਾ ਸੀ ਜਾਂ ਤੁਹਾਡੇ ਕੋਲ ਸੁਣਿਆ ਸੀ ਕਿ ਅਗਲੀ ਵਾਰ ਉਹਨਾਂ ਨੂੰ ਅਸੀਂ ਨਾਲ ਲੈ ਕੇ ਆਵਾਂਗੇ। ਹਾਂਜੀ ਹਾਂਜੀ। ਕਿਆ ਉਹਨਾਂ ਦੀ ਸਿਹਤ ਦਾ ਮਸਲਾ ਜਾਂ ਕੁਛ ਮੁਕੱਦਰਾਂ ਦਾ ਖੇਡ ਵੀ ਆ? ਮੁਕੱਦਰਾਂ ਦਾ ਵੀ ਖੇਡ ਆ, ਸਿਹਤ ਦਾ ਵੀ ਮਸਲਾ। ਸਿਹਤ ਦਾ ਜ਼ਿਆਦਾ ਹੈ ਨਾ, ਸਿਹਤ ਵੀ ਹੁਣ ਕਮਜ਼ੋਰ ਰਹਿੰਦੇ ਆ। ਯਾਦਾਸ਼ਤ ਸਹੀ ਆ? ਯਾਦਾਸ਼ਤ ਸਹੀ ਆ ਬਿਲਕੁਲ, ਉਦੋਂ ਸੁਣਦਾ ਘੱਟ ਆ। ਮੈਂ ਫੋਨ ਕਰਦੀ ਰਹਿੰਦੀ ਹੁਣ ਵੀ ਕਰਕੇ ਆਈ ਆ ਵੀ ਭਾਜ ਅੱਛਾ ਕਹਿੰਦੇ ਮੈਨੂੰ ਵੀ ਕਦੇ ਮਿਲੂਗਾ ਇਦਾਂ ਕਹਿ ਦਿੰਦੇ ਆ। ਅਸੀਂ ਆਸ ਰੱਖਦੇ ਆ, ਅਸੀਂ ਦੁਆ ਕਰਦੇ ਆ ਕਿ ਚਾਚਾ ਜੀ ਅਬਦੁਲ ਖਾਲਕ ਸਾਹਿਬ ਹਾਂਜੀ ਜ਼ਰੂਰ ਜਾਣ, ਆਪਣੇ ਚਾਚਾ ਜੀ ਨੂੰ ਮਿਲਣ। ਬਿਲਕੁਲ, ਉਸ ਚਾਚਾ ਜੀ ਨੂੰ ਮਿਲਣ ਜਿਸ ਨੇ ਹਿੰਮਤ ਨਹੀਂ ਛੱਡੀ, ਨਹੀਂ ਛੱਡੀ, ਔਰ ਪੂਰੀ ਦੁਨੀਆ ਨੂੰ ਦੱਸਿਆ ਔਰ ਉਹ ਕੰਮ ਕਰਕੇ ਵਿਖਾਇਆ, ਕਰਕੇ ਵਿਖਾਇਆ। ਬਿਲਕੁਲ, ਦਿਲ ਵਿੱਚ ਖਾਹਿਸ਼ ਰੱਖੋ ਜਾਰੀ, ਦਿਲ ਦੇ ਵਿੱਚ ਕਦੀ ਵੀ ਹਾਂਜੀ ਰੱਬ ਤੋਂ ਨਾ ਉਮੀਦ ਨਾ ਹੋਵੋ। ਹਾਂਜੀ ਹਾਂਜੀ, ਰੱਬ ਤੇ ਰੱਬ ਜ਼ਰੂਰ ਇੱਕ ਦਿਨ ਪੂਰੀ ਕਰਦਾ, ਪੂਰੀ ਕਰਦਾ, ਔਰ ਉਹ ਮਿਲ ਕੇ ਗਏ ਆ। ਹਾਂਜੀ, ਔਰ ਉਹ ਪਹਿਲੇ ਬੰਦੇ ਸੀ ਜਿਹਨਾਂ ਨੇ ਆਪਣੇ ਭਤੀਜੇ ਨੂੰ ਪਹਿਚਾਣਿਆ ਤੇ ਆਪਣੇ ਭਤੀਜੇ ਦੇ ਬਾਰੇ ਜਾਰੀ ਰੱਖੀ ਕੋਸ਼ਿਸ਼। ਉਸ ਕੋਸ਼ਿਸ਼ ਨੂੰ ਅੱਲਾ ਨੇ ਕਾਮਯਾਬ ਕੀਤਾ, ਬਹੁਤ ਕਾਮਯਾਬ ਕੀਤਾ। ਪਰ ਉਹਨਾਂ ਦੀ ਕੋਸ਼ਿਸ਼ ਵੀ ਇੰਨੀ ਸੀ, ਉੱਥੇ ਵੀ ਕੈਨੇਡਾ ਵਿੱਚ ਵੀ ਉਹ ਜਾਂਦੇ ਹੁੰਦੇ ਸੀ, ਮਸੀਤਾਂ 'ਚ ਵੀ ਜਾਂਦੇ ਹੁੰਦੇ ਸੀ, ਕਹਿਣਾ ਕੋਈ ਵੀਰ ਮੁਸਲਮਾਨ ਮਿਲੇ ਉਸ ਟਾਈਮ ਦਾ ਤਾਂ ਮੈਂ ਇਹਨੂੰ ਪੁੱਛਾਂ ਵੀ ਉਹਨੂੰ ਪੁੱਛਾਂ ਉਹ ਬੱਚਾ ਕਿੱਥੇ ਆ। ਵਹਾਂ ਜ਼ਰੂਰ ਉੱਡਦੀਆਂ ਸੀ ਪਹਿਲਾਂ ਵੀ ਕੋਈ ਉਹ ਬੱਚਾ, ਕੋਈ ਉਹਨਾਂ ਦੇ ਪਰਿਵਾਰ 'ਚੋਂ ਬਚਿਆ ਸੀ, ਕੋਈ ਉਹਨੂੰ ਲੈ ਗਿਆ ਥਾਣੇਦਾਰ ਚੁੱਕ ਕੇ ਲੈ ਗਿਆ, ਕੋਈ ਕਹਿ ਦੇਣਾ ਕੋਈ ਇੰਗਲੈਂਡ ਲੈ ਗਿਆ, ਕਿਸੇ ਨੇ ਕੁਛ ਕਹਿਣਾ। ਤਾਂ ਦੇਖੋ ਮੁਕੱਦਰ ਉਹਨਾਂ ਦੇ ਇੱਥੇ ਸੀਗੇ, ਇਹਨਾਂ ਦੇ ਥਰੂ ਉਹਨਾਂ ਨੇ ਪਾਲਣਾ ਸੀ ਇਹਨਾਂ ਦੇ ਟੱਬਰ 'ਚ। ਇਸ ਤਰ੍ਹਾਂ ਆ ਬਈ ਜੋ ਕਿਸਮਤ ਨੇ ਲਿਖਿਆ ਉਹ ਹੀ ਜਾਣਦਾ। ਨਿੱਕਿਆਂ ਨਿੱਕਿਆਂ ਨੂੰ ਸਾਨੂੰ ਵਿਛੋੜਿਆ, ਬੁੱਢੇ ਕਰਕੇ ਮੇਲਿਆ, ਕਿੱਡੇ ਪਰਿਵਾਰ ਮਿਲੇ ਅਸੀਂ ਇੱਕ ਦੂਸਰੇ ਨੂੰ, ਇਹ ਉਹਦੀਆਂ ਖੇਡਾਂ ਆ। 2 ਸਾਲ ਤੁਸੀਂ ਰਹਿ ਜੀ ਦੂਰ ਭਾਈ ਤੋਂ, ਹਾਂਜੀ, ਜ਼ਰਾ 2 ਸਾਲ ਦੀ ਕਹਾਣੀ ਦੱਸੋ ਕਿਵੇਂ ਕੱਢੀ ਵੀਰ ਤੋਂ ਬਗੈਰ? ਵੀਰ ਤੋਂ ਬਗੈਰ ਇੱਕ ਇੱਕ ਪਲ ਵੀ ਯਾਦ ਹੁੰਦਾ ਸੀ ਮੇਰਾ ਵੀਰ ਮੈਨੂੰ, ਇੱਕ ਇੱਕ ਪਲ ਵੀ। ਜ਼ਰਾ 2 ਸਾਲ ਦੀ ਕਹਾਣੀ ਦੱਸੋ ਕਿਵੇਂ ਕੱਢੀ ਵੀਰ ਤੋਂ ਬਗੈਰ? ਵੀਰ ਤੋਂ ਬਗੈਰ ਇੱਕ ਇੱਕ ਪਲ ਵੀ ਯਾਦ ਹੁੰਦਾ ਸੀ ਮੇਰਾ ਵੀਰ ਮੈਨੂੰ, ਇੱਕ ਇੱਕ ਪਲ ਵੀ। ਇਸ ਦਿਨ ਹੀ ਪਹਿਲਾਂ ਆਪਾਂ ਮਿਲੇ ਸੀ, ਹੁਣ 5 ਨੂੰ ਇੱਥੇ ਮਿਲੇ ਸੀ ਇਸੇ ਤਰੀਕੇ। ਇੱਕ ਇੱਕ ਸੈਕਿੰਡ ਵਿੱਚ ਮੈਂ ਕਦੇ ਸੌ ਵੀ ਨਹੀਂ ਸੀ ਸਕਦੀ, ਹਰ ਵੇਲੇ ਅੱਖਾਂ ਦੇ ਮੂਹਰੇ ਰਹਿੰਦੇ ਸੀਗੇ। ਸ਼ੁਕਰਿਆ ਉਸ ਪਰਮਾਤਮਾ ਦਾ ਜਿਹਨੇ ਮਿਹਰ ਕੀਤੀ, ਇਸ ਬਹਾਨੇ ਹੀ ਗੁਰੂ ਘਰਾਂ ਦੇ ਦਰਸ਼ਨ ਵੀ ਅਸੀਂ ਕੀਤੇ, ਤੁਹਾਡੇ ਸਾਰੀ ਸੰਗਤ ਦੇ ਕਿੰਨੀ ਦੁਨੀਆ ਕਿੰਨਾ ਲੋਕਾਂ ਨੂੰ ਮਿਲੇ ਆ, ਇਸ ਬਹਾਨੇ ਨਾਲ ਹੀ ਮਿਲੇ ਆ ਨਾ, ਨਹੀਂ ਤਾਂ ਪਹਿਲਾਂ ਕਦੇ ਜਿੱਦਾਂ ਜਿਸ ਹਿਸਾਬ ਨਾਲ ਪਰਿਵਾਰ ਗੱਲਾਂ ਕਰਦੇ ਹੁੰਦੇ ਸੀ ਤਾਂ ਉਸ ਹਿਸਾਬ ਨਾਲ ਸੋਚਿਆ ਨਹੀਂ ਸੀ ਕਦੇ ਵੀ ਅਸੀਂ ਮੁੜ ਕੇ ਪਾਕਿਸਤਾਨ ਜਾਵਾਂਗੇ ਵੀ ਕਦੀ। ਗੌਰਮੈਂਟਾਂ ਨੇ ਤਾਂ ਨਫ਼ਰਤ ਪਾਤੀ ਸੀ ਆਪਣੇ, ਹਾਂਜੀ, ਕਈ ਵਿਸ਼ੇ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜਿਹੜੇ ਸਾਡੇ ਪਾਲਣ ਵਾਲੇ ਉਹ ਵੀ ਕਹਿੰਦੇ ਹੁੰਦੇ ਸਾਡਾ ਪਰਿਵਾਰ ਉਹਨਾਂ ਨੇ ਖਾਧਾ, ਇਹ ਵੀ ਖਾਣ ਵਾਲੇ ਤਾਂ ਗੌਰਮੈਂਟ ਸੀ ਤੇ ਆਪਣੇ 'ਚ ਤਾਂ ਟੁੱਟ ਹੋਇਆ ਹੀ ਨਹੀਂ ਟੁੱਟੇ। ਹੁਣ ਮਿਲ ਕੇ ਤਾਂ ਸਭ ਨੂੰ ਮਹਿਸੂਸ ਹੁੰਦਾ ਵੀ ਅਸੀਂ ਤਾਂ 2 ਹੋਏ ਨਹੀਂ, ਗੌਰਮੈਂਟਾਂ ਦਾ ਪੂਰਾ ਜ਼ੋਰ ਲੱਗ ਗਿਆ। ਤੁਹਾਡੇ ਬਜ਼ੁਰਗ ਵੀ ਜਦੋਂ ਚੜ੍ਹਦੇ ਪੰਜਾਬ ਗਏ ਤਾਂ ਸਾਡੇ ਬਜ਼ੁਰਗ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਆਏ, ਕਿਉਂਕਿ ਮੈਂ ਵੀ ਉਹਨਾਂ ਬਜ਼ੁਰਗਾਂ ਦਾ ਹੀ ਬੱਚਾ ਜਿਹੜਾ ਦਾ ਜ਼ਿਲ੍ਹਾ ਲੁਧਿਆਣਾ ਸਾਡੀ ਤਹਿਸੀਲ ਸਮਰਾਲਾ ਸੀ, ਬਿਲਕੁਲ ਦਰਿਆ ਸਤਲੁਜ ਦੇ ਉੱਪਰ ਪਿੰਡ ਆ,
ਟਾਂਡਾ ਚੱਕਲੀ, ਹੁਣ ਇਸ ਟਾਈਮ ਉਹਨੂੰ ਟਾਂਡਾ ਕਾਲੀਆ ਕਿਹਾ ਜਾਂਦਾ। ਮੈਂ ਬੜਾ ਖੁਸ਼ਕਿਸਮਤ ਆ ਕਿ ਜਿਹੜੇ ਮੇਰੇ ਦਾਦਾ ਜੀ ਨੇ ਪਿਲਕਨ ਦਾ ਦਰਖਤ ਲਗਾਇਆ ਸੀ, ਉਹ ਹਜੇ ਵੀ ਪਿਲਕਨ ਦਾ ਦਰਖਤ ਖੜਾ ਔਰ ਸਕੂਲ ਦੇ ਵਿੱਚ ਆ। ਕਿਆ ਤੁਹਾਡੇ ਬਜ਼ੁਰਗ ਵੀ ਉੱਥੇ ਜਾ ਕੇ ਬਾਰ ਨੂੰ ਯਾਦ ਕਰਦੇ ਰਹੇ ਜਿਵੇਂ ਸਾਡੇ ਬਜ਼ੁਰਗ ਦੇਸ਼ ਨਹੀਂ ਭੁੱਲੇ? ਬਹੁਤ ਜ਼ਿਆਦਾ ਯਾਦ ਕਰਦੇ ਹੁੰਦੇ ਸੀ, ਬਹੁਤ ਜ਼ਿਆਦਾ, ਥੋੜਾ ਨਹੀਂ, ਬਹੁਤ ਜ਼ਿਆਦਾ ਕਰਦੇ ਸੀ। ਉਹ ਤਾਂ ਅਜੇ ਵੀ ਯਾਦ ਕਰਦੇ, ਉਹਨਾਂ ਨੂੰ ਤਾਂ ਇੱਕ ਇੱਕ ਬਟ ਬੰਨੇ ਦਾ ਵੀ ਚੇਤਾ ਆ, ਇੰਨਾ ਯਾਦ ਕਰਦੇ ਸੀ। 47 ਵੇਲੇ ਟਾਂਡਾ ਚੱਕਲੀ ਲਾਗੇ ਲਾਗੇ ਪਿੰਡ ਸੀ, ਇਸ ਪਿੰਡ ਨੂੰ ਟਾਂਡਾ ਚੱਕਲੀ ਆਖਿਆ ਜਾਂਦਾ ਸੀ। ਮੇਰੇ ਦਾਦਾ ਜੀ ਚੌਧਰੀ ਖਾਨ ਮੁਹੰਮਦ ਜੱਟ ਉਸ ਵੇਲੇ ਆਪਣੇ ਦੌਰ ਦੇ ਮੰਨੇ ਦੰਨੇ ਪਹਿਲਵਾਨ ਸੀ। ਜਿਸ ਵੇਲੇ ਅਜਾੜਾ ਪਿਆ ਉਹਨਾਂ ਦੀ ਉਮਰ 54 ਵਰ੍ਹੇ ਸੀ। ਮੇਰੇ ਬਾਪ ਦੀ ਉਮਰ ਕੋਈ 17-18 ਸਾਲ ਸੀ, ਜਿਨ੍ਹਾਂ ਦਾ ਨਾਮ ਅਬਦੁਲ ਹਮੀਦ। ਉਸ ਵੇਲੇ ਵੀ ਅਤੇ ਇਸ ਵੇਲੇ ਵੀ ਇਸ ਦੀ ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਔਰ ਥਾਣਾ ਮਾਛੀਵਾੜਾ। ਇਹ ਪਿੰਡ ਨਾ ਤਾਂ ਸਾਡੇ ਬਜ਼ੁਰਗਾਂ ਨੂੰ ਭੁੱਲਿਆ ਅਤੇ ਕਦੀ ਸਾਡੀ ਆਉਣ ਵਾਲੀ ਨਸਲ ਨੂੰ ਵੀ ਟਾਂਡਾ ਪਿੰਡ ਨਹੀਂ ਭੁੱਲੇਗਾ, ਕਿਉਂਕਿ ਇੱਥੇ ਸਾਡੇ ਪੁਰਖਿਆਂ ਦੀਆਂ ਕਬਰਾਂ। 47 ਵੇਲੇ ਦੀ ਇੱਕ ਨਿਸ਼ਾਨੀ ਇਹ ਪਿਲਕਨ ਦਾ ਦਰਖਤ ਔਰ ਇੱਕ ਖੂਹ ਵੀ ਹੈਗਾ। ਰੱਬ ਨੇ ਅਗਰ ਚਾਹਿਆ ਤੇ ਇਸ ਮਿੱਟੀ ਦੇ ਅਸੀਂ ਦਰਸ਼ਨ ਜ਼ਰੂਰ ਕਰਾਂਗੇ ਔਰ ਆਪਣੇ ਆਪ ਨੂੰ ਬੜੇ ਖੁਸ਼ਕਿਸਮਤ ਸਮਝਾਂਗੇ ਕਿ ਉਸ ਜਗ੍ਹਾ ਤੇ ਅਸੀਂ ਪਹੁੰਚਾਂਗੇ ਜਿੱਥੇ ਸਾਡੇ ਬਜ਼ੁਰਗ ਕਿਸੇ ਵੇਲੇ ਰਾਜ ਕਰਦੇ ਹੁੰਦੇ ਸੀ। ਅਸੀਂ ਆਸ ਰੱਖਦੇ ਹਾਂ ਕਿ ਸਾਡੀ ਇਹ ਤੁਸੀਂ ਵੀਡੀਓ ਅਖੀਰ ਤੱਕ ਜ਼ਰੂਰ ਵੇਖੋਗੇ ਤੇ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਕਿਸ ਤਰ੍ਹਾਂ ਦੀ ਰਹੀ ਜ਼ਰੂਰ ਕਮੈਂਟਸ ਬਾਕਸ ਵਿੱਚ ਲਿਖਣਾ ਤੇ ਸੱਜਣ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਜ਼ਰੂਰ ਕਰਨਾ। ਚਾਚਾ ਜੀ ਅਬਦੁਲ ਖਾਲਕ ਸਾਹਿਬ, ਤੁਸੀਂ ਅੱਜ ਮਿਲੇ ਆਪਣੀ ਭੈਣ ਨੂੰ ਦੁਬਾਰਾ? ਹਾਂਜੀ, ਅੱਜ ਰਿਸ਼ਤੇ ਤੁਹਾਨੂੰ ਦੁਬਾਰਾ ਮਿਲੇ ਆ, ਕੀ ਤੁਹਾਨੂੰ ਖੁਸ਼ੀ ਕਿੰਨੀ ਖੋਈ? ਬਹੁਤ ਬੜੀ ਖੁਸ਼ੀ ਹੈ ਜੀ। ਅਸੀਂ ਤੁਹਾਨੂੰ ਵਧਾਈ ਦਿੰਦੇ ਹਾਂ ਜੀ, ਤੁਹਾਨੂੰ ਮੁਬਾਰਕਬਾਦੀ ਵੀ ਦਿੰਦੇ ਹਾਂ। ਖੈਰ ਮੁਬਾਰਕ ਹੈ ਜਨਾਬ। ਭਾਣਜਿਆਂ ਨੂੰ ਮਿਲੇ ਆ ਤੇ ਬੇਟੀਆਂ ਨੂੰ ਮਿਲੇ ਆ? ਬਿਲਕੁਲ ਜੀ, ਸਾਰਿਆਂ ਨੂੰ, ਭਾਣਜਿਆਂ ਨੂੰ, ਭਰਵਾਈਏ ਨੂੰ, ਸਾਰਿਆਂ, ਭੈਣ ਨੂੰ, ਸਾਰਿਆਂ ਨੂੰ ਮਿਲਿਆ ਜਨਾਬ। ਬਹੁਤ ਸਾਰੀ ਖੁਸ਼ੀ ਇਹਨਾਂ ਦੀ, ਆਇਆ ਤੇ ਇਹਨਾਂ ਨੂੰ ਮੁਬਾਰਕ ਹੋਵੇ। 2 ਸਾਲ ਤੁਸੀਂ ਆਪਣੀ ਭੈਣ ਤੋਂ ਦੂਰ ਰਹੇ ਆ। ਹਾਂਜੀ, ਭੈਣ ਕਿੰਨੀ ਕੁ ਯਾਦ ਆਉਂਦੀ ਸੀ? ਬੜੀ ਯਾਦ ਆਉਂਦੀ ਜੀ। ਤੇ ਤੁਸੀਂ 75 ਸਾਲ ਬਗੈਰ ਇਹ ਰਿਸ਼ਤਿਆਂ ਤੋਂ ਕਿਵੇਂ ਵੇਲਾ ਕੱਢਿਆ? ਬਸ ਜੀ, ਕੁਦਰਤ ਨਿਭਾ ਰਿਹਾ। ਕਿਆ ਤੁਸੀਂ ਉਦੋਂ ਜਦੋਂ ਮੈਂ ਤੁਹਾਨੂੰ ਪਹਿਲੀ ਵਾਰੀ ਮਿਲਿਆ ਸੀ, ਹਾਂਜੀ, ਮੰਨਦੇ ਨਹੀਂ ਸੀ? ਹਾਂ, ਮੈਂ ਮੰਨਦਾ ਹੀ ਨਹੀਂ ਸੀ, ਮੈਂ ਕਹਿੰਦਾ ਸੀ ਵੀ ਇੰਨੇ ਸਾਲ ਗੁਜ਼ਰ ਗਏ ਨੇ, ਪਤਾ ਨਹੀਂ ਬੇਟਾ। ਅੱਜ ਫਿਰ ਤੁਹਾਨੂੰ ਉਹ ਰਿਸ਼ਤੇ ਮਿਲੇ ਤੇ ਕਿੰਨੀ ਖੁਸ਼ੀ ਹੋਈ ਆ? ਦੁਬਾਰਾ ਬਹੁਤ ਸਾਰੀ ਖੁਸ਼ੀ ਵੀਰਾ। ਅਸੀਂ ਬਾਰ ਬਾਰ ਜੀ ਉਸ ਜਜ਼ਬਾਤ ਨੂੰ ਸਮਝਦੇ ਹਾਂ ਕਿ ਚਾਚਾ ਜੀ ਅਬਦੁਲ ਖਾਲਕ ਸਾਹਿਬ ਕੋਲੋਂ ਅੱਖਰ ਜਾਂ ਅਲਫਾਜ਼ ਅਦਾ ਨਹੀਂ ਹੁੰਦੇ, ਖੁਸ਼ੀ ਦੇ ਨਾਲ ਆਂਸੂ ਜਾਰੀ ਹੋ ਜਾਂਦੇ ਆ ਤੇ ਅਸੀਂ ਜ਼ਿਆਦਾ ਇਹਨਾਂ ਨੂੰ ਉਹ ਅੱਖਰ ਅਦਾ ਨਹੀਂ ਕਰਨਾ ਚਾਹੁੰਦੇ ਜਿਹੜੇ ਇਹ ਬਾਰ ਬਾਰ ਇਹਨਾਂ ਦੀ ਦਿਲ ਅਜ਼ਾਰੀ ਹੋਵੇ। ਅੱਜ ਖੁਸ਼ੀ ਦਾ ਦਿਲ ਆ, ਅਸੀਂ ਇਹਨਾਂ ਦੇ ਆਂਸੂ ਨਹੀਂ ਬਹਾਣਾ ਚਾਹੁੰਦੇ। ਹਾਂ ਜੀ, ਬਿਲਕੁਲ ਸਹੀ, ਥੋੜੇ ਜਿਹੀ ਇਹਨਾਂ ਦੇ ਕਮੈਂਟਸ ਲੈਣੇ। ਮੇਰਾ ਨਾਂ ਹੈਗਾ ਅਮਰਜੀਤ ਸਿੰਘ ਬਸਰਾ, ਮੈਂ ਹੈਗਾ ਬੇਟਾ ਨਿਰਮਲ ਕੌਰ ਬਸਰਾ ਦਾ ਬੇਟਾ, ਬਲਦੇਵ ਸਿੰਘ ਬਸਰੇ ਦਾ ਬੇਟਾ, ਤੇ ਮੈਂ ਹੈਗਾ ਭਾਣਜਾ, ਮਾਮੇ ਜੀ ਦਾ ਭਾਣਜਾ, ਨਿੱਕਾ ਭਾਣਜਾ, ਤੇ ਮੋਹਨ ਸਿੰਘ ਦਾ। ਕਿਸ ਤਰ੍ਹਾਂ ਦਾ ਲੱਗਿਆ ਪੰਜਾਬ ਵਿੱਚ ਪਾਕਿਸਤਾਨ ਵਿੱਚ ਪੈਰ ਰੱਖਦੇ ਸਾਰ
ਹਜੇ ਬੱਦਲਾਂ ਤੇ ਉੜੇ ਫਿਰਦੇ ਹਾਂ। ਇੰਨੀ ਖੁਸ਼ੀ ਹੋਈ ਆ, ਕਦੀ ਸੋਚਿਆ ਨਹੀਂ ਸੀਗਾ ਵੀ ਆਹ ਟਾਈਮ ਆਊਗਾ। ਮੰਮੀ ਜੀ ਤੋਂ ਬਹੁਤ ਵਾਰੀ ਸੁਣਿਆ ਸੀਗਾ ਵੀ ਆਹ ਚੀਜ਼ ਭਰਾ ਹੈਗਾ, ਅਸੀਂ ਕਿਹਾ ਉਹ ਵੀ ਉੱਦਾਂ ਹੀ ਬੋਲੀ ਜਾਂਦੇ। ਇੰਨੀ ਵਾਰੀ ਸੁਣਿਆ, ਯਕੀਨ ਨਹੀਂ ਆਉਂਦਾ। ਅਤੇ ਤੁਹਾਡਾ ਧੰਨਵਾਦ, ਤੁਸੀਂ ਸਭ ਕੁਛ ਸ਼ੁਰੂ ਕੀਤਾ ਅਤੇ ਬਾਬਾ ਦੀ ਮਿਹਰ ਆ ਵੀ ਜਿਹੜੇ ਤੁਸੀਂ ਜੀ ਹੈਗੇ ਆਪਣੇ ਕੋਲ ਅਤੇ ਮਿਲ ਸਕਦੇ ਅਤੇ ਅਸੀਂ ਵੀ ਮਿਲ ਸਕੇ, ਸਾਨੂੰ ਵੀ ਮੌਕਾ ਮਿਲਿਆ ਮਿਲਣ ਨੂੰ। ਬਹੁਤ ਵੱਡੀ ਗੱਲ ਆ, ਤੋਹਫਾ ਆ, ਬਹੁਤ ਵੱਡਾ ਤੋਹਫਾ ਸਾਨੂੰ ਮਿਲ ਗਿਆ। ਤੁਸੀਂ ਸਾਡੀ ਯੰਗ ਜਨਰੇਸ਼ਨ ਜਿਹੜੀ ਥੋੜੀ ਜਿਹੀ ਹਿਚਕਚਾ ਹੈਸੀਟੇਸ਼ਨ ਮਹਿਸੂਸ ਕਰਦੀ ਪਾਕਿਸਤਾਨ ਆਉਣ ਦੇ ਵਾਸਤੇ, ਤੁਸੀਂ ਉਹਨਾਂ ਨੂੰ ਕੀ ਦਾਵਤ ਦਿੰਦੇ ਆ ਕਿ ਕਿਆ ਗੁਰੂ ਘਰਾਂ ਦਾ ਦਰਸ਼ਨ ਮਜ਼ਹਬੀ ਰਸੂਮਾਤ ਅਦਾ ਕਰਨ ਵਾਸਤੇ ਇੱਥੇ ਮੱਥਾ ਟੇਕਣ ਵਾਸਤੇ ਆਉਣਾ ਚਾਹੀਦਾ, ਇੰਤਜ਼ਾਮਾਤ ਕਿੱਦਾਂ ਦੇ ਤੁਹਾਨੂੰ ਲੱਗੇ ਪਾਕਿਸਤਾਨ ਵਿੱਚ ਆ ਕੇ ਗੌਰਮੈਂਟ ਨੇ ਜਾਂ ਸਾਡੇ ਮਹਿਕਮੇ ਜਿਹੜੇ ਪੁਰ ਮਹਿਕਮੇ ਸਾਡੇ ਉਹਨਾਂ ਉਹ ਤਾਵਨ ਕਰਦੀ ਆ ਇਹ ਤੁਹਾਡੇ ਨਾਲ ਸਿੱਖ ਧਰਮ ਦੇ ਲੋਕਾਂ ਦੇ ਨਾਲ ਜਾਂ ਦੂਜੇ ਧਰਮ ਦੇ ਲੋਕਾਂ ਨਾਲ? ਮੇਰੇ ਭਰਾ ਨੇ ਵੀ, ਵੱਡੇ ਭਰਾ ਨੇ ਵੀ ਇਹ ਚੀਜ਼ ਕਹੀ ਆ। ਸੋ ਮੈਂ ਵੀ ਇਹ ਕਹਿੰਦਾ ਵੀ ਸਾਰਿਆਂ ਨੂੰ ਆਉਣਾ ਚਾਹੀਦਾ। ਸਾਨੂੰ ਉਹਨਾਂ ਨੇ ਡਰਾਇਆ, ਮੀਡੀਆ ਨੇ ਡਰਾਇਆ ਸੀਗਾ ਵੀ ਆਹ ਹੋ ਜਾਣਾ ਆਹ ਹੋ ਜਾਣਾ, ਕੁਛ ਨਹੀਂ ਹੁੰਦਾ ਇੱਥੇ, ਇੰਨਾ ਪਿਆਰ ਦਿੱਤਾ ਸਾਰਿਆਂ ਨੇ। ਅਤੇ ਮੈਂ ਵੀ ਜਾ ਕੇ ਆਪਣੇ ਨਿਆਣੇ ਨੂੰ ਪਲੈਨ ਕਰੂੰਗੇ ਫਿਰ ਆਉਣ ਦਾ, ਇੱਥੇ ਪਤਾ ਲੱਗ ਗਿਆ ਵੀ ਇੱਥੇ ਕੋਈ ਪ੍ਰੋਬਲਮ ਨਹੀਂ ਅਤੇ ਪਿਆਰ ਬਹੁਤ ਆ, ਸਾਡੀ ਜੜ ਆ। ਸੋ ਅਸੀਂ ਆਪਣੇ ਘਰ ਆਏ ਹਾਂ, ਸੋ ਡਰਨਾ ਨਹੀਂ ਚਾਹੀਦਾ, ਆਉਣਾ ਚਾਹੀਦਾ, ਸਾਰਿਆਂ ਨੂੰ ਆਉਣਾ ਚਾਹੀਦਾ। ਫਿਰ ਅਸੀਂ ਰਾਤੀ ਕਿਸੇ ਦੇ ਘਰ ਰਹੇ ਸੀ ਆਪਣੇ ਜੁਮਾ ਸਾਹਿਬ ਲੈ ਕੇ ਗਏ ਆ, ਤਾਂ ਉਹਨਾਂ ਦੇ ਬੜਾ ਸਾਡੀ ਮਹਿਮਾਨ ਵੀ ਬਹੁਤ ਸਾਡੀ ਕੀਤੀ ਖਾਤਰ ਵਾਜ, ਜੋ ਵੀ ਇਹਨਾਂ ਨੇ ਕਰ ਹੋਇਆ ਵੀ ਬਹੁਤ ਜ਼ਿਆਦਾ ਕੀਤੀ। ਮੈਂ ਮੰਮੀ ਡੈਡੀ ਹੁਣੀ ਸਵੇਰੇ ਬੈਠੇ ਜਦੋਂ ਸੁਬਾਹ ਉੱਠੇ ਆ ਨਾ, ਤਾਂ ਇਹਨਾਂ ਨਾਲ ਮੈਂ ਇਹ ਗੱਲ ਕਰਦਾ ਵੀ ਮੰਮ ਮੈਂ ਕਦੇ ਆਹ ਚੀਜ਼ ਸੋਚੀ ਨਹੀਂ ਸੀ ਵੀ ਇੰਨਾ ਪਿਆਰ ਮਿਲੂਗਾ ਇੱਥੇ। ਮੈਂ ਆਪਣੇ ਮਨ 'ਚ ਇਹਨਾਂ ਨਾਲ ਅੱਗੇ ਸ਼ੇਅਰ ਗੱਲ ਕਰਦਾ, ਮੈਂ ਕਿਹਾ ਜਿਹੜੇ ਬੰਦੇ ਇੱਥੇ ਪੱਗ ਬੰਨੀ ਆ ਨਾ, ਅਸੀਂ ਜਿਹੜੇ ਮਰਜ਼ੀ ਘਰ ਜਾ ਕੇ ਦਰਵਾਜ਼ਾ ਖੜਕਾ ਦਈਏ ਵੀ ਸਾਨੂੰ ਰੋਟੀ ਚਾਹੀਦੀ, ਰੋਟੀ ਦੇਣ ਤਿਆਰ ਆ। ਇੰਨਾ ਪਿਆਰ ਹੈ ਹਾਂਜੀ। ਤੇ ਫਿਰ ਉਹੀ ਮੈਂ ਕਿਹਾ ਵੀ ਨਫ਼ਰਤ ਕਿੱਥੇ ਪੈ ਗਈ ਸੀ, ਮੈਨੂੰ ਨਹੀਂ ਸਮਝ ਆਈ। ਇਹ ਜਿਹੜੇ ਸਾਡੇ ਪੁਰਖੇ ਇਸ ਬਾਰ ਨੂੰ ਜਾਂ ਇਸ ਧਰਤੀ ਨੂੰ ਝੂਲਦੇ ਝੂਲਦੇ ਮਰ ਗਏ, ਅੱਡੀਆਂ ਘਸਾਂਦੇ ਘਸਾਂਦੇ, ਕਿਆ ਉਹ ਅੱਡੀਆਂ ਇਸ ਬਾਰ ਵਾਸਤੇ ਸੱਚੀ ਘਸਾਂਦੇ ਮਰੇ ਤੁਹਾਡੇ ਹਿਸਾਬ ਨਾਲ? ਸੱਚੀ ਸੱਚੀ ਘਸਾਂਦੇ ਗਏ ਸੱਚੀ। ਅੱਜ ਹੁਣ ਦੇਖਦੇ ਆਏ ਹਾਂ ਜਿੱਦਾਂ ਸਾਰਾ ਏਰੀਆ, ਜਿੱਦਾਂ ਕਹਿੰਦੇ ਸੀਗੇ ਵੀ ਬਹੁਤ ਧਰਤੀ ਬਹੁਤ ਭਾਰੀ, ਮਿੱਟੀ ਬਹੁਤ, ਜ਼ਮੀਨ ਭਾਰੀ ਆ, ਸਭ ਕੁਛ। ਅਸੀਂ ਖੁਦ ਜੱਟ ਆ, ਉੱਥੇ ਖੁਦ ਅਸੀਂ ਦੇਖਿਆ ਆ, ਹੰਡਾਇਆ ਨਿਆਣੇ ਅਸੀਂ ਚੇਤਾ ਤੱਕ, ਹੁਣ ਵੀ ਜਾਈਦਾ ਬਾਬਾ ਪਿੰਡ, ਚਾਚੇ ਸਾਡੇ ਨੇ ਵੀ ਖੇਤੀ ਸਾਂਭੀ ਆ ਜਿਹੜੀ ਅਜੇ ਵੀ ਤਾਈ ਹੈ, ਤਾਂ ਵੀ ਗੰਨੇ ਮੇਰੇ ਖਿਆਲ ਗੰਨਾ ਜੋ ਤੁਹਾਡੇ ਇੱਥੇ ਮੱਕੀ ਦੇਖੀ ਆ ਉਹਦੇ ਨਾਲ ਵੀ ਹਜੇ ਇੱਥੇ ਭਾਰੀ ਆ। ਹਜੇ ਸਾਡੀ ਜ਼ਮੀਨ ਜੰਡਿਆਲੇ ਵਿੱਚ ਬਹੁਤ ਭਾਰੀ ਜ਼ਮੀਨ, ਮੰਜਕੀ ਏਰੀਆ ਮੰਨਿਆ ਗਿਆ ਆ ਵੀ ਬਹੁਤ ਸੈਂਟਰ ਜਿਹੜੇ ਹੈਗੀ ਭਾਰੀ ਜ਼ਮੀਨ ਉੱਥੇ, ਪਰ ਆਹ ਜਿਹੜਾ ਦੇਖ ਕੇ ਨਜ਼ਾਰਾ ਹੀ ਵੱਖਰਾ ਜੀ। ਤਾਂ ਬਜ਼ੁਰਗਾਂ ਦੀਆਂ ਸਹੀ ਗੱਲਾਂ ਸੀਗੀਆਂ, ਛੱਡ ਕੇ ਜਾਣਾ ਨਹੀਂ ਚਾਹੁੰਦੇ, ਉਹ ਧੱਕੇ ਨਾਲ ਹੀ ਜਾਣਾ ਪਿਆ, ਮਜਬੂਰੀਆਂ ਨੂੰ ਜਾਣਾ ਪਿਆ। ਵੀਰ ਜੀ ਹਾਂਜੀ, ਤੁਸੀਂ ਕਿੰਨੀ ਦੇਰ ਤੋਂ ਪਲਾਨ ਬਣਾ ਰਹੇ ਸੀ ਕਿ ਅਸੀਂ ਜਾਣਾ? ਜਦੋਂ ਤੋਂ ਤੁਸੀਂ ਭਾਈ ਵੀਡੀਓ ਪਾਈ ਆ ਉਦੋਂ ਤੋਂ ਆਸ ਰੱਖ ਲਈ ਸੀ ਵੀ ਅਸੀਂ ਜਾਊਂਗੇ। 2 ਸਾਲ ਪਹਿਲਾਂ ਮੰਮੀ ਆਏ, ਅਸੀਂ ਵੀ ਪਲਾਨ ਕਰਦੇ ਸੀ ਪਰ ਉਦੋਂ ਚਲੋ ਨਹੀਂ ਹੋਇਆ, ਭਾਈ ਸਿੱਖ ਹੋ ਗਏ, ਮੇਰਾ ਉਦਾਂ ਨਹੀਂ ਪਲਾਨ ਬਣਿਆ, ਪਰ ਰੱਬ ਦੀ ਮਿਹਰ ਆ ਵੀ ਆ ਗਏ ਅਸੀਂ। ਸੋ ਜਦੋਂ ਤੁਸੀਂ ਵੀਡੀਓ ਪਾਈ ਉਦੋਂ ਦਾ ਸੀਗਾ ਸਾਡਾ ਪਲਾਨ ਬਣਿਆ ਹੈ ਨਾ ਵੀ ਅਸੀਂ ਜ਼ਰੂਰ ਜਾ ਕੇ ਮਿਲਣਾ ਮਾਮਾ ਜੀ ਨੂੰ, ਹਾਂਜੀ ਮਾਮੇ ਫੈਮਲੀ ਨੂੰ, ਸਾਰਿਆਂ ਨੂੰ, ਪੰਜਾਬ ਦੇਖਣਾ, ਗੁਰਦੁਆਰੇ ਜਾਣਾ ਸਾਰਾ ਹੈ ਨਾ।
ਸੋ ਦੋ ਖਿੱਚਾਂ ਸੀਗੀਆਂ ਸਾਡੀਆਂ, ਇੱਕ ਤਾਂ ਗੁਰਦੁਆਰੇ ਸੀਗੇ ਤੇ ਉਹਨਾਂ ਤੋਂ ਪਹਿਲਾਂ ਖਿੱਚ ਹੈਗੀ ਮਾਮਾ ਜੀ ਸੀਗੇ। ਤੁਸੀਂ ਮੱਥੇ ਟੇਕ ਕੇ ਗੁਰਦੁਆਰਾ ਨਨਕਾਣਾ ਸਾਹਿਬ ਗਏ, ਫਰੂਕਾਬਾਦ ਗਏ, ਪੰਜਾ ਸਾਹਿਬ ਗਏ, ਕਿਸ ਕਿਸ ਤਰ੍ਹਾਂ ਦੇ ਇੰਤਜ਼ਾਮਾਤ ਤੇ ਤੁਹਾਨੂੰ ਸਿਕਿਉਰਿਟੀ ਦੇ ਲਿਹਾਜ਼ ਨਾਲ ਸਾਡੇ ਮਹਿਕਮੇ ਨੇ ਕੋਆਪਰੇਟ ਕੀਤਾ, ਜਾਂ ਗੌਰਮੈਂਟ ਪਾਕਿਸਤਾਨ ਤੁਹਾਡੇ ਨਾਲ ਪਾਵਨ ਕਰਦੀ ਆ? ਬਿਲਕੁਲ ਬਿਲਕੁਲ, ਇਹ ਜਿਹੜੇ ਆ ਇੱਕ ਵੀ ਪ੍ਰੋਬਲਮ ਕਹਿ ਸਕਦੇ ਵੀ ਨਹੀਂ ਆਈ ਸਾਨੂੰ, ਸਿਕਿਉਰਿਟੀ ਪੂਰੀ, ਸਫਾਈ ਪੂਰੀ ਤੇ ਲੁੱਕ ਆਫਟਰ ਆਪਣੇ ਪਾਕਿਸਤਾਨ ਨੇ ਪੂਰੀ ਕੀਤੀ ਆ, ਗੁਰਦੁਆਰੇ ਦੀ ਪੂਰੀ ਲੁੱਕ ਆਫਟਰ ਕੀਤੀ ਆ, ਸੋ ਸੇਵਾ ਪੂਰੀ ਹੋਈ ਹੈ, ਸੋ ਸੇਫ ਆ, ਸੇਫ, ਕੋਈ ਪ੍ਰੋਬਲਮ ਨਹੀਂ ਇੱਥੇ ਸਾਡੇ ਕੈਨੇਡਾ ਨਾਲੋਂ ਮੇਰੇ ਹਿਸਾਬ ਨਾਲ ਇੱਥੇ ਬੈਟਰ ਰੱਖੇ ਆ, ਅਤੇ ਹਿਸਟੋਰੀਕਲ ਸਾਈਟਸ ਆ, ਗੁਰਦੁਆਰੇ ਵੀ ਆ ਔਰ ਆਪਣੇ ਜਿਹੜੇ ਹੈਗੇ ਆ ਹਿਸਟਰੀ ਵੀ ਆ, ਸੋ ਬਹੁਤ ਖੁਸ਼ੀ ਮਿਲੀ ਇੱਥੇ ਜਾ ਕੇ। ਜੀ ਬਸਰਾ ਸਾਹਿਬ, ਕੀ ਹਾਲ ਹੈ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਅੱਜ 2 ਸਾਲ ਬਾਅਦ ਫੇਰ ਆਏ ਤੇ ਕਿਸ ਤਰ੍ਹਾਂ ਦਾ ਪਾਕਿਸਤਾਨ ਲੱਗਿਆ ਤੁਹਾਨੂੰ? ਕੁਝ ਥੋੜੇ ਜਿਹੇ ਅੱਖਰਾਂ 'ਚ ਅਦਾ ਕਰ ਦਿਓ ਸਾਨੂੰ। ਪਾਕਿਸਤਾਨ ਦੇਖਿਆ ਮੈਂ ਪਹਿਲਾਂ, ਕੁਝ ਸੜਕਾਂ ਰਹਿੰਦੀਆਂ ਸੀ ਉਹ ਵੀ ਬਣ ਗਈਆਂ, ਹੁਣ ਸੋਹਣੀਆਂ ਬਣ ਗਈਆਂ, ਸਾਡੇ ਗੁਰਦੁਆਰਿਆਂ ਵਿੱਚ ਕਲੀ ਕੁਲੀ ਹੋ ਕੇ ਟੌਰ ਕੱਢ ਦਿੱਤਾ, ਬੂਟੇ ਹੁਣ ਲਾਉਂਦੇ ਆ, ਗੁਰਪੁਰਬ ਆ ਰਿਹਾ, ਬਹੁਤ ਮਜ਼ਾ ਆਇਆ, ਬਹੁਤ ਜ਼ਿਆਦਾ, ਬਹੁਤ ਖਰਚਾ ਕੀਤਾ ਗੌਰਮੈਂਟ ਨੇ ਕਿਸੇ। ਮੈਂ ਕਦੇ ਪਾਕਿਸਤਾਨੀ ਏਅਰਲਾਈਨ ਨਹੀਂ ਸੀ ਲਈ, ਕਿਉਂਕਿ ਬਦਨਾਮ ਐਵੇਂ ਲੋਕ ਬਦਨਾਮ ਕਹੀ ਜਾਂਦੇ, ਮਾੜੀ ਆ ਮਾੜੀ, ਮੈਂ ਕਿਹਾ ਮੈਂ ਦੇਖਣੀ, ਦੇਖੇ ਤਾਂ ਪਤਾ ਲੱਗੂਗਾ, ਹੈ ਨਾ। ਤੁਸੀਂ ਪਾਕਿਸਤਾਨ ਇੰਟਰਨੈਸ਼ਨਲ ਯਾਨੀ PIA 'ਚ ਆਏ ਆ? ਹਾਂਜੀ ਹਾਂਜੀ। ਪਹਿਲੀ ਵਾਰੀ ਬੈਠੇ ਤੇ ਕੀ ਮਹਿਸੂਸ ਕੀਤਾ ਦੂਜੀ ਏਅਰਲਾਈਨਾਂ ਤੋਂ? ਮਜ਼ਾ ਆ ਗਿਆ ਜੀ ਬਿਲਕੁਲ, 12.5 ਘੰਟੇ ਸਾਨੂੰ, 13 ਘੰਟਿਆਂ 'ਚ ਆਉਂਦੀ ਕਈ ਵਾਰੀ, 12.5 ਘੰਟਿਆਂ 'ਚ ਪੜਾ ਦਿੱਤਾ ਸਾਨੂੰ, ਕੋਈ ਇਮੀਗ੍ਰੇਸ਼ਨ ਦਾ ਚੱਕਰ ਨਹੀਂ, ਕੋਈ ਕਸਟਮ ਵਾਲਿਆਂ ਨੇ ਕੋਈ ਪ੍ਰੋਬਲਮ ਨਹੀਂ ਦਿੱਤੀ, ਉੱਦਾਂ ਜਿੱਦਾਂ ਟੈਚੀ ਲਿਆਉਂਦੇ ਸੀ ਬੰਦ ਦੇ ਬੰਦ ਟੈਚੀ ਅਸੀਂ ਲੈ ਆਉਂਦੇ। ਬਹੁਤ ਇੰਪਰੂਵਮੈਂਟ ਹੋਈ ਪਾਕਿਸਤਾਨ ਦੀ, ਮੈਂ ਤਾਂ ਹੁਣ ਇਹੋ ਕਹੂੰਗਾ ਵੀ ਪਾਕਿਸਤਾਨੀ ਏਅਰਲਾਈਨ ਨਾਈਸ ਆ, ਬਿਲਕੁਲ ਇਨ ਟਾਈਮ ਆਈ ਆ, ਨਾ ਇਹ ਲੇਟ ਹੋਈ ਆ, ਸਗੋਂ ਅਰਲੀ ਆ ਗਏ, ਅੱਧਾ 1.25 ਘੰਟਾ ਪਹਿਲਾਂ ਆ ਗਏ। ਅਤੇ ਕੋਈ ਪਲੇਨ ਠੀਕ ਆ, ਥੋੜ੍ਹੇ ਜਿਹੇ ਪੁਰਾਣੇ ਮਾਡਲ ਦੇ ਹੈਗੇ, ਹੌਲੀ 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 ਲੈ ਲੈਣਗੇ, ਜਦੋਂ ਇਨਕਮ ਹੋ ਗਈ ਨਵੇਂ ਲੈ ਲੈਣਗੇ, ਹੈ ਨਾ। ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਆ, ਕਿਆ ਬੱਚੇ ਹੋਰ ਵੀ ਤੁਹਾਡੇ ਤਿਆਰ ਸੀ ਜਿਨ੍ਹਾਂ ਨੂੰ ਤੁਸੀਂ ਪਿੱਛੇ ਛੱਡ ਕੇ ਆਏ ਪਾਕਿਸਤਾਨ ਵਿੱਚ ਆਉਣ ਵਾਸਤੇ ਤਿਆਰ, ਦੂਸਰੇ ਬੱਚੇ ਵੀ? ਹੁਣ ਅਗਲੀ ਵਾਰੀ ਜਦੋਂ ਆਏ ਫਿਰ ਪੋਤਿਆਂ ਦੀ ਵਾਰੀ ਆ, ਹੈ ਨਾ, ਫਿਰ ਪੋਤੇ ਆਉਣਗੇ, ਪੋਤੀਆਂ ਆਉਣਗੀਆਂ, ਦੋਹਤੀਆਂ ਆਉਣਗੀਆਂ। ਜਦੋਂ ਮੈਂ ਜਾ ਕੇ ਦੱਸਿਆ ਵੀ ਨਾਈਸ ਆ, ਉਹਨਾਂ ਨੂੰ ਤਾਂ ਵਕੇਸ਼ਨ ਕੱਟਣ ਤਾਂ ਜਾਣਾ ਹੀ ਜਾਣਾ, ਭਾਵੇਂ ਜਿੱਥੇ ਮਰਜ਼ੀ ਜਾਣ, ਅੱਗੇ ਮੈਕਸੀਕੋ, ਇੱਧਰ ਅਮੈਰੀਕਾ ਚਲ ਜਾਂਦੇ, ਫਲੋਰੀਡਾ ਚਲ ਜਾਂਦੇ ਆ, ਹੁਣ ਉਹ ਇੱਥੇ ਆਇਆ ਕਰਨਗੇ, ਪਾਕਿਸਤਾਨ 'ਚ ਆਉਣਗੇ। ਸਾਡੇ ਪਾਕਿਸਤਾਨੀ ਗੌਰਮੈਂਟ ਨੇ ਕਿਹਾ 2 ਸਾਲ ਪਹਿਲੇ ਜਿਹੜੇ ਇੰਤਜ਼ਾਮ ਕੀਤੇ ਸੀ, ਤੁਸੀਂ ਹੁਣ ਸਮਝਦੇ ਕਿ ਉਹਦੇ ਤੋਂ ਵੱਧ ਕੀਤੇ ਜਾਂ ਇੰਤਜ਼ਾਮਾਂ ਘੱਟ ਕੀਤੇ ਆ? ਗੁਰੂ ਘਰਾਂ ਦੇ ਵੱਧ ਕੀਤੇ, ਗੁਰੂ ਘਰਾਂ ਦੇ ਵੀ ਵੱਧ ਕੀਤੇ, ਜਿਹੜੇ ਬੀਜੇ ਆ ਵੀ ਥੋੜ੍ਹਾ ਜਿਹਾ ਸੌਖੇ ਕਰ ਦਿੱਤੇ। ਪਿਛਲੀ ਵਾਰ ਤੁਹਾਨੂੰ ਕੋਈ ਥੋੜੀ ਜਿਹੀ ਦਿੱਕਤ ਪੇਸ਼ ਆਈ ਜ਼ਾਤੀ ਤੌਰ ਤੇ, ਕਿਉਂਕਿ ਮੈਂ ਤੁਹਾਨੂੰ ਜਾਣਦਾ ਥੋੜੀ ਜਿਹੀ, ਇਸ ਵਾਰ ਕੋਈ ਮਸਲਾ ਤਾਂ ਨਹੀਂ ਬਣਿਆ ਵੀਜ਼ਾ ਲੈਣ ਦਾ? ਨਹੀਂ ਬਣਿਆ, ਨਹੀਂ ਬਣਿਆ, ਹੁਣ ਤਾਂ ਫਰੀ ਕਰਨੇ ਨੂੰ ਫਿਰਦਾ, ਜਿਹੜੀ ਫੀਸ ਅਸੀਂ $100 ਵੀਜ਼ੇ ਦੀ ਦੇਈਦੀ ਆ, $90 ਦੇਈਦੀ, ਉਹ ਫਰੀ ਕਰਨੇ ਨੂੰ ਫਿਰਦੇ ਜਾਂ ਕਰ ਦਿੱਤੀ ਆ, ਇਹਦਾ ਮਤਲਬ ਚਾਹੁੰਦੇ ਆ ਵੀ ਸਾਡੇ ਵਿਜ਼ਟਰ ਟੂਰਿਸਟ ਆਉਂਦੇ ਰਹਿਣ ਆਉਂਦੇ ਰਹਿਣ। ਤੁਸੀਂ ਜਿਹੜੇ ਕੁਛ ਲੋਕ ਬੈਠੇ ਆ ਕਹਿੰਦੇ ਵੀ ਇੰਤਜ਼ਾਮਾਤ ਨਹੀਂ ਠੀਕ, ਜਾਂ ਕੁਛ ਲੋਕ ਸਮਝਦੇ ਆ ਕਿ ਵੀ ਪਤਾ ਨਹੀਂ ਕੀ ਮਸਲਾ ਬਣੇਗਾ, ਜਿਹੜੇ ਦਿਲ ਵਿੱਚ ਖਾਹਿਸ਼ਾਂ ਲੈ ਕੇ ਬੈਠੇ ਆ, ਤੁਸੀਂ ਉਹਨਾਂ ਨੂੰ ਕਿਆ ਦਾਵਤ ਦਿਓਗੇ ਕਿ ਆਓ ਗੁਰੂ ਘਰਾਂ ਦਾ ਦਰਸ਼ਨ ਕਰੋ? ਜਵੇਦ ਜੀ ਬਹੁਤ ਆ ਰਹੇ ਆ, ਤਾਂ ਬਹੁਤ ਆਉਂਦੇ ਆ, ਬਹੁਤ ਸਾਡੇ ਨਾਲ ਤਿਆਰ ਸੀ,
ਮੈਂ ਕਿਹਾ ਮੈਂ ਨਹੀਂ ਇੰਨਿਆਂ ਨੂੰ ਮੈਂ ਨਹੀਂ ਲੈ ਜਾਣਾ, ਫਿਰ ਸਾਡੀ ਕਦਰ ਘੱਟ ਜਾਂਦੀ ਹੈ ਨਾ। ਜੇ ਮੈਂ 10 15 20 ਬੰਦੇ ਹੋਰ ਲੈ ਆਉਂਦਾ ਇਹਨਾਂ ਕੋਲ, ਤਾਂ 10 15 ਇੱਥੇ ਬੰਦੇ ਹੋਰ ਆ ਜਾਣੇ, ਹਾਂਜੀ, ਕਿਆ ਉਹਨਾਂ ਨੂੰ ਪਾਕਿਸਤਾਨੀ ਜਾਂ ਮੁਸਲਮਾਨ ਸੰਭਾਲ ਨਹੀਂ ਸਕਦੇ? ਨਹੀਂ ਸੰਭਾਲ ਸਕਦੇ ਆ, ਪਰ ਫਿਰ ਮੇਰੀ ਕਦਰ ਥੋੜੀ ਜਿਹੀ ਘੱਟ ਜਾਣੀ। ਅਸਲ ਗੱਲ ਇਹ ਵੀ ਨਾ ਕਿ ਤੁਸੀਂ ਸਾਡੇ ਹੈਗੇ ਫੁੱਫੜ ਜੀ ਗੱਲ ਆ। ਹਾਂਜੀ, ਨਹੀਂ ਨਹੀਂ ਬਹੁਤ ਮਕਾਮ ਇੱਕ ਲਹਿਦਾ ਹੀ ਹੁੰਦਾ, ਜਿੱਦਾਂ ਮੈਂ ਦੱਸਿਆ ਵੀ ਪੰਜਾਬੀ ਕਲਚਰ ਵਿੱਚ ਜੀ। ਹਾਂਜੀ, ਆਨਲਾਈਨ ਜਿੱਦਾਂ ਮੈਂ ਦੱਸਿਆ ਵੀ ਬਹੁਤ ਛੇਤੀ ਬੀਜੇ ਸਾਡੇ ਆ ਗਏ। ਮੇਰਾ ਬੀਜਾ ਤਾਂ 1.5 ਮਹੀਨੇ ਦਾ ਆਇਆ, 3 ਮਹੀਨੇ ਦਾ ਦਿੱਤਾ ਸੀ, 1.5 ਮਹੀਨਾ ਅਜੇ ਮੇਰਾ ਰਹਿੰਦਾ, 1.5 ਮਹੀਨਾ ਔਖਾ ਗਿਆ ਸਮਝਿਆ। ਅਤੇ ਭੂਆ ਤੁਹਾਡੀ ਇਹਨਾਂ ਦੀ ਮੰਮੀ ਜੀ ਦਾ ਹੁਣ 3 ਮਹੀਨੇ ਦਾ ਹੈਗਾ ਆ, ਮੇਰਾ 1.5 ਮਹੀਨੇ ਦਾ। ਹੁਣ ਦੇਖਾਂਗੇ ਐਡਜਸਟ ਕਰਾਂਗੇ ਕਿਸ ਤਰ੍ਹਾਂ, ਹੈ ਨਾ। ਜਾਂ ਮੈਂ ਫਿਰ ਅੰਡਰਗਰਾਊਂਡ ਹੋਣਾ ਪਊ 1.5 ਮਹੀਨਾ ਇੱਧਰ ਉੱਧਰ, ਫਿਰ ਸਾਡੀਆਂ ਬੁਕਿੰਗ ਦਿੱਲੀ ਤੋਂ ਹੋਈ ਹੋ ਮਾਰਚ ਦੀ, ਹੈ ਨਾ। ਤੁਸੀਂ ਕਿਆ ਚੜ੍ਹਦੇ ਪੰਜਾਬ ਵੀ ਜਾਣਾ ਜੀ? ਜਾਣਾ ਜੀ, ਹਾਂਜੀ ਜਾਣਾ ਆ ਵੀ, ਅਸੀਂ ਟਿਕਟ ਲਈ ਹੋ ਆਲਰੇਡੀ ਦਿੱਲੀਓਂ ਮਾਰਚ ਦੀ, ਨਾ ਅਤੇ ਇੱਥੋਂ ਜਾਵਾਂਗੇ, ਤੁਸੀਂ ਨਾਲ ਜਾਣਾ ਵਾਹਗਾ ਬਾਰਡਰ 'ਤੇ ਮੈਨੂੰ ਚੜਾ ਕੇ ਆਉਣਾ। ਹਾਂਜੀ ਹਾਂਜੀ ਹਾਂਜੀ।